ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ ਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ ਯੂਟਿਊਬ ਚੈਨਲ। ਆਪਣੇ ਵੀਰਾਂ ਤੇ ਭਰਾਵਾਂ ਤੇ ਦੋਸਤਾਂ ਲਈ ਕੋਸ਼ਾਂ ਕਾਫਸ਼ਾਂ ਕਰਕੇ ਖੂਬਸੂਰਤ ਤੇ ਜਨਾਬ ਅੱਛਾ ਜਾਨਵਰ ਲੈ ਕੇ ਹਾਜ਼ਰ ਹੁੰਦਾ ਰਹਿਣਾ। ਬੜਿਆ ਮੇਰੇ ਭਰਾਵਾਂ ਨੇ ਕਿਹਾ ਸੀ ਕਿ ਜਵੇਦ ਬਾਈ ਸਾਹੀਵਾਲ ਦੇ ਵਿੱਚ ਕ੍ਰਾਸ ਵੈਡ ਹੋਵੇ ਤੇ ਦਿਖਾਣੀ ਹੈ, ਔਰ ਮੇਰੇ ਵੀਰ ਭਰਾ ਦੋਸਤ ਮੇਰੇ ਕੈਮਰੇ ਦੀ ਅੱਖ ਦੇ ਸਾਹਮਣੇ ਹੋਏਗੀ ਗਾਏ, ਔਰ ਦੇਖਣੀ ਹੈ ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ ਇਨਸ਼ਾਅੱਲਾ ਤਾਲਾ ਜਾਨਵਰ ਪਸੰਦ ਆਏਗਾ। ਔਰ ਪਸੰਦ ਆਵੇ ਹਮੇਸ਼ਾ ਤਰ੍ਹਾਂ ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ, ਔਰ ਜਨਾਬ ਤੁਹਾਡਾ ਦੇਸ਼ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰਨਾ ਦੋਸਤੋ ਨਹੀਂ ਭੁੱਲਣਾ। ਇਨਸ਼ਾਅੱਲਾ ਤਾਲਾ ਮਿਆਰ ਦੇ ਮੁਤਾਬਕ ਅਨਮੋਲ ਜਾਨਵਰ ਸਾਫ਼ ਸੁਥਰੇ, ਔਰ ਜਨਾਬੇ ਲਈ ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ ਚੰਗੇ ਜਾਨਵਰ ਲੈ ਕੇ ਤੁਹਾਡਾ ਭਰਾ ਹੀ ਤੁਹਾਡੇ ਲਈ ਜਵੇਦ ਤੁਹਾਡਾ ਦੇਸ਼ ਪੰਜਾਬ ਟੀਵੀ 'ਤੇ ਲੈ ਕੇ ਹਾਜ਼ਰ ਹੁੰਦਾ ਹੈ। ਜਨਾਬ ਤੁਹਾਡੀ ਅੱਖ, ਮੇਰੀ ਅੱਖ, ਸਾਂਝੀ ਅੱਖ, ਕੈਮਰੇ ਦੀ ਅੱਖ, ਅੱਲਾ ਦੇ ਹੁਕਮ ਨਾਲ ਤੁਹਾਡਾ ਦੇਸ਼ ਪੰਜਾਬ ਟੀਵੀ ਦੀ ਜਿਹੜੀ ਕੈਮਰੇ ਦੀ ਅੱਖ ਹੈ ਹਮੇਸ਼ਾ ਸੱਚ ਵਿਖਾਉਂਦੀ ਹੈ, ਸੱਚ ਤੋਂ ਸਿਵਾ ਕੋਈ ਸ਼ੈ ਨਹੀਂ ਵਿਖਾਉਂਦੀ। ਔਰ ਮਾਸ਼ਾਅੱਲਾ ਹਾਈਟ ਵੇਖ ਲੈਣ, ਬਿਲਕੁਲ ਗਵਾਲਣ ਵੈੜ, ਔਰ ਕ੍ਰਾਸ ਦੇ ਵਿੱਚ ਮੇਰੇ ਵੀਰ ਦੇਖਦੇ ਪਏ ਨੇ, ਨਾ ਐਡਾ ਜ਼ਿਆਦਾ ਧੁੰਨ ਹੈ, ਨਾ ਐਡੀ ਝਾਲਰ ਹੈ, ਔਰ ਨਾ ਉੱਤੇ ਐਡੀ ਗੁੰਬਟ ਹੈ। ਔਰ ਜਨਾਬ ਅਲੀ ਸਿੰਘ ਜਿਹੜਾ ਮੇਰੇ ਵੀਰ ਭਰਾ ਦੋਸਤ ਦੇਖਦੇ ਪਏ ਨੇ, ਸਿਰਫ਼ ਔਰ ਸਿਰਫ ਡੇਢ ਡੇਢ ਇੰਚ ਭਾਈ ਸੁਧੀਰ ਛੱਡ ਕੇ ਟੋਰ, ਇਹ ਧੁੰਨ ਵੀ ਹੈਗਾ ਪਰ ਧੁੰਨ ਉਨਾ ਜ਼ਿਆਦਾ ਵੱਡਾ ਨਹੀਂ ਹੈ। ਮੇਰੇ ਵੀਰ ਭਰਾ ਦੋਸਤ ਟੁਰਨ ਫਿਰਨ ਵੀ ਦੇਖਦੇ ਪਏ ਨੇ, ਦੋ ਚਾਰ ਕਦਮ ਜਾਨਵਰ ਤੁਰੇਗਾ ਮੇਰੇ ਵੀਰਾਂ ਅਤੇ ਭਰਾਵਾਂ ਅਤੇ ਦੋਸਤਾਂ ਨੂੰ ਪਤਾ ਚੱਲ ਜਾਏਗਾ ਜਿਹੜਾ ਮੈਂ ਜਾਨਵਰ ਵਿਖਾਉਂਦਾ ਪਿਆਂ। ਅੱਲਾ ਦੇ ਫਜ਼ਲ ਅਤੇ ਕਰਮ ਦੇ ਨਾਲ ਬਿਲਕੁਲ ਜਨਾਬੇ ਲਈ ਸਾਫ਼ ਸੁਥਰਾ ਅਤੇ ਚੰਗਾ ਵਿਖਾਉਂਦਾ ਪਿਆਂ। ਮੇਰੇ ਭਰਾਵਾਂ ਨੇ ਮਾਸ਼ਾਅੱਲਾ ਵੇਖਣਾ, ਰੇਟ ਬੜੇ ਮਕੂਲ ਹੋਣਗੇ, ਤੁਹਾਡੀਆਂ ਮੁਹੱਬਤਾਂ ਅਤੇ ਤੁਹਾਡੀਆਂ ਚਾਹਤਾਂ ਦੇ ਮੁਤਾਬਕ ਹਮੇਸ਼ਾ ਤੋਂ ਤੁਹਾਡੇ ਮਿਆਰ ਦੇ ਮੁਤਾਬਕ ਤੁਹਾਡਾ ਦੇਸ਼ ਪੰਜਾਬ ਟੀਵੀ ਹੀ ਕੰਮ ਕਰਦਾ ਹੈ। ਮੇਰੇ ਵੀਰ ਭਰਾ ਦੋਸਤ ਕਹਿੰਦੇ ਨੇ ਕਿ ਯਾਰ ਜਵੇਦ ਬਾਈ ਲੱਗਦੀ ਚੜ੍ਹਦੀ ਵਿਕ ਜਾਂਦੀ ਹੈ, ਔਰ ਜਿਹੜੀ ਹੁਣ ਘੰਟਾ ਪਹਿਲੇ ਲਾਈ ਹੈ ਸਾਡੇ ਬੜੇ ਮੋਹਤਰਮ ਨੇ, ਉਹਨਾਂ ਨੇ ਲਈ ਹੈ ਲਾਹੌਰ ਤੋਂ, ਉਹਦੀ ਲਦਾਈ ਕਰਵਾਉਣ ਗਿਆ ਲੜਕਾ। ਔਰ ਜਨਾਬ ਮੇਰੇ ਵੀਰ ਭਰਾ ਦੋਸਤ ਦੇਖਦੇ ਪਏ ਨੇ, ਔਰ ਮਾਸ਼ਾਅੱਲਾ ਇਸੇ ਤਰੀਕੇ ਵੀਰਾਂ ਲਈ ਕੰਮ ਕਰਦੇ ਰਹਾਂਗੇ, ਸਾਫ਼ ਸੁਥਰੇ ਔਰ ਮਿਆਰ ਦੇ ਮੁਤਾਬਕ ਜਾਨਵਰ ਟੋਟਲ ਮੇਰੇ ਵੀਰਾਂ ਨੇ ਦੇਖ ਲਿਆ। ਔਰ ਹੁਣ ਬਾਈ ਸੁਧੀਰ ਨੂੰ ਕਹਾਂਗੇ ਬੱਚਾ ਲਾਵੇ, ਬੱਚਾ ਲਾ ਕੇ ਮੇਰੇ ਵੀਰਾਂ ਨੂੰ ਸੀਲ ਸੌ ਵੀ ਵਿਖਾਵੇ, ਕੋਈ ਜਾਨਵਰ ਦੇ ਵਿੱਚ ਲੱਤ ਅਤੇ ਪੈਰ ਦੇ ਵਿੱਚ ਕੋਈ ਵਾਧਾ ਕਾਟਾ ਤਾਂ ਨਹੀਂ, ਸਾਰਾ ਤੱਕ ਲਿਆ ਮੇਰੇ ਵੀਰਾਂ ਨੇ, ਬਿਲਕੁਲ 16 ਆਨੇ ਸੀ। ਔਰ ਇਹ ਜਨਾਬੇ ਲਈ ਮਗਰ ਵੱਛਾ, ਵੱਛਾ ਪਿਓਰ ਸਾਹੀਵਾਲ ਵਿੱਚ ਕਾਲਾਂ ਦੋਸਤਾਂ ਦੀਆਂ ਆ ਰਹੀਆਂ ਨੇ, ਮਾਦਰ ਦਰਾਨੀ ਚੁੱਕਦਾ ਪਿਆ ਕਿਉਂਕਿ ਮੈਂ ਇਸ ਟਾਈਮ ਵੀਡੀਓ ਬਣਾ ਰਿਹਾ ਔਰ ਮੇਰੇ ਵੀਰ ਭਰਾ ਦੋਸਤ ਦੇਖਦੇ ਪਏ ਨੇ। ਜਨਾਬ ਸੁਧੀਰ ਬਾਈ ਜੀ ਬੱਚਾ ਲੱਗ ਗਿਆ ਅਤੇ ਮਾਸ਼ਾਅੱਲਾ ਹਾਈਟ ਵੇਖ ਲਓ ਐਡ ਦੀ, ਹਾਈਟ ਵੇਖਣ ਮੇਰੇ ਭਰਾ ਜਿਹੜੇ ਸ਼ੌਕੀਨ ਸਾਹੀਵਾਲ ਦੇ ਨੇ ਉਹਨਾਂ ਵਾਸਤੇ ਸਾਹੀਵਾਲ ਕ੍ਰਾਸ ਵੈਡ ਆ ਗਈ ਹੈ, ਬੜਾ ਨਿਆਬ ਮਾਸ਼ਾਅੱਲਾ ਖੂਬਸੂਰਤ ਜਾਨਵਰ, ਪਸਮਾ ਵੀ ਵਿਖਾਉਣਾ ਸੁਧੀਰ ਬਾਈ, ਬੱਚਾ ਥਲ ਦਿਆ ਜੋ ਅੱਗੇ ਬੰਨ੍ਹ ਦਿਆ ਜੋ, ਔਰ ਭਰਾ ਦੋਸਤ ਵੀਰ ਵੇਖ ਲੈਣਗੇ ਔਰ ਹਰ ਚੀਜ਼ ਭਰਾਵਾਂ ਦੇ ਸਾਹਮਣੇ ਆ ਜਾਏਗੀ। ਟੋਟਲ ਮਿਆਰ ਦੇ ਮੁਤਾਬਕ ਕੰਮ ਕਰਦਾ ਰਿਹਾ ਔਰ ਕਰਦਾ ਰਹੇਗਾ ਤੁਹਾਡਾ ਦੇਸ਼ ਪੰਜਾਬ ਟੀਵੀ। ਮੇਰੇ ਵੀਰ ਭਰਾ ਦੋਸਤ ਦੇਖਦੇ ਨੇ, ਇੱਕ ਅਰਸਾ ਹੋ ਗਿਆ ਪੂਰੇ, ਮੈਂ ਆਪਣੇ ਵੀਰਾਂ ਅਤੇ ਭਰਾਵਾਂ ਅਤੇ ਦੋਸਤਾਂ ਨੂੰ ਪਤਾ ਹੈ ਕਮ ਸੋ ਕਮ ਤੁਹਾਡੇ ਵੀਰ ਭਰਾ ਨੂੰ 8 ਸਾਲ ਹੋ ਗਏ ਨੇ, 8 ਸਾਲਾਂ 'ਚ ਆਪਣੇ ਵੀਰਾਂ ਅਤੇ ਭਰਾਵਾਂ ਅਤੇ ਦੋਸਤਾਂ ਲਈ ਨੀਤੋਂ ਔਰ ਅਮਾਨੋਂ ਕੰਮ ਕੀਤਾ ਹੈ, ਕਦੇ ਵੀ ਸੱਚ ਤੋਂ ਸਿਵਾ ਕੁਛ ਨਹੀਂ ਵਿਖਾਇਆ। ਔਰ ਭਰਾਵਾਂ ਨੂੰ ਚਵਾਈਆਂ ਤਾਂ ਵਿਖਾਈ ਦੀਆਂ ਨੇ, ਤੁਹਾਡੇ ਵੀਰ ਨੇ ਟਰੈਂਡ ਕੱਢੇ ਨੇ, ਹੁਣ ਤਾਂ ਹਰ ਬੰਦਾ ਹੀ ਭਾਵੇਂ ਕਰਦਾ ਫਿਰੇ ਪਰ ਤੁਹਾਡੇ ਵੀਰ ਜੇ ਸੁੱਚੇ ਕੰਮ ਕਰਕੇ ਕੋਈ ਵਿਖਾਵੇਗਾ ਗੱਲਾਂ ਫਿਰ ਹੋਣਗੀਆਂ। ਇਹ ਜਾਨਵਰ ਮੇਰੇ ਵੀਰਾਂ ਦੇਖ ਲਿਆ, ਜਾਨਵਰ ਦਾ ਥਣ ਵੀ ਵੇਖ ਲਿਆ, ਹਰ ਚੀਜ਼ ਵੇਖ ਲਈਏ। ਕੱਲ੍ਹ ਵਾਲੀ ਸੁਧੀਰ ਭਾਈ ਆਪਣੀ ਸੇਲ ਹੋ ਗਈ ਹੈ ਨਾ ਜੀ? ਇਨਸ਼ਾਅੱਲਾ ਉਹ ਸੇਲ ਕੱਲ੍ਹ ਵਾਲੀ ਮੁਲਤਾਨ ਤੋਂ ਭਾਈ ਆਏ ਨੇ, ਉਹ ਮੁਲਤਾਨ ਲੈ ਗਏ ਨੇ, ਲੈ ਗਏ, ਠੀਕ ਹੋ ਗਿਆ। ਇਹ ਜਨਾਬ ਭਾਈ ਜਾਨ ਤਾਰ ਸਾਰੀ ਨਾਲ ਬਾਲਟੀ ਦੁਬਾਰਾ ਮੋਦੀ ਕਰਿਆ ਜੀ ਮੇਰੀ ਜਾਨ, ਇਹ ਜਨਾਬ ਤਾਰ ਤਾਰ ਨਾਲ ਮਾਰ ਕੇ ਨਾ ਥਣਾਂ 'ਚ ਸਾਰਿਆਂ ਵੀਰਾਂ ਨੂੰ ਖਾ ਦੇ।
ਐ ਮੇਰੇ ਵੀਰ ਦੇ ਪੈਣ ਤਾਰ ਤਾਰ ਮਾਰ ਕੇ ਥਣਾਂ ਦੇ ਵਿੱਚੋਂ, ਕੋਈ ਛੱਟ ਨਹੀਂ, ਕੋਈ ਫੁਹਾਰ ਨਹੀਂ, ਮਾਸ਼ਾਅੱਲਾ 16 ਨੇ ਜਾਨਵਰ। ਮਾਸ਼ਾਅੱਲਾ ਸੋਨੇ ਰੰਗਾ। ਇਨਸ਼ਾਅੱਲਾ ਤਾਲਾ ਵੀਰਾਂ ਦੇ ਮੁਤਾਬਕ ਕੰਮ ਕਰਦੇ ਰਹਾਂਗੇ, ਉਹ ਕਰਦੇ ਰਹੇ ਹਾਂ ਔਰ ਕਰਦੇ ਰਹਾਂਗੇ ਇਨਸ਼ਾਅੱਲਾ। ਹਰ ਚੀਜ਼ ਮੇਰੇ ਵੀਰ ਭਰਾ ਦੋਸਤ ਵੇਖਦੇ ਪਏ ਨੇ, ਮਾਸ਼ਾਅੱਲਾ ਤੱਕਦੇ ਪਏ ਨੇ। 24-16 ਨੇ ਵੱਛੀ ਦੀ, ਸਾਫ਼ ਸੁਥਰਾ ਜਾਨਵਰ ਬੋਲੇ ਦੇ ਵਿੱਚ, ਪੂਰੀ ਗਾਂ ਦੀ ਬਾਡੀ ਵਾਈਜ਼ ਮੇਰੇ ਵੀਰਾਂ ਦੇ ਸਾਹਮਣੇ। ਤਸੱਲੀਆਂ ਕਰਾਉਂਦਾ ਪਿਆ ਮੈਂ ਆਪਣੇ ਵੀਰਾਂ ਅਤੇ ਭਰਾਵਾਂ ਅਤੇ ਦੋਸਤਾਂ ਦੀਆਂ। ਖੂਨ ਪਿੱਤ ਵੀ ਬੈਠ ਅਤੇ ਪੂਰਾ, ਕੱਦ ਵੀ ਪੂਰਾ, ਮਾਸ਼ਾਅੱਲਾ ਸੀਲ ਸਾਓ ਵੀ ਪੂਰੀ, ਪੂਰਾ ਰੋਗ ਰੋਗ ਦਾ ਥਣ, ਚੁਆ ਵੀ ਚੰਗਾ, ਹਰ ਗੱਲ ਮੇਰੇ ਵੀਰਾਂ ਅਤੇ ਦੋਸਤਾਂ ਦੀ ਅੱਖ ਦੇ ਸਾਹਮਣੇ। ਮਾਸ਼ਾਅੱਲਾ ਬਿਲਕੁਲ ਤੁਹਾਡੇ ਵੀਰ ਨੂੰ ਤੁਹਾਡੀਆਂ ਮੁਹੱਬਤਾਂ ਅਤੇ ਤੁਹਾਡੀਆਂ ਚਾਹਤਾਂ ਦੀ ਜ਼ਰੂਰਤ ਹੈ। ਹਮੇਸ਼ਾ ਤਰ੍ਹਾਂ ਮੁਹੱਬਤਾਂ ਚਾਹਤਾਂ ਵੰਡਦਾ ਰਹਿਣਾ ਵੀਰ ਦੇ ਨਾਲ, ਹਮੇਸ਼ਾ ਤੋਂ ਮੁਹੱਬਤ ਪਿਆਰ ਅੱਲਾ ਦੇ ਹੁਕਮ ਨਾਲ ਹਮੇਸ਼ਾ ਤੋਂ ਰੱਖਣਾ ਮੇਰੇ ਵੀਰਾਂ ਨੇ। ਔਰ ਮੇਰੀ ਵੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਮੈਂ ਗੱਲ ਕਰਾਂ ਉਹਦੇ 'ਚੋਂ ਦੂਸਰੀ ਤੀਸਰੀ ਰਾਏ ਨਾ ਨਿਕਲੇ, ਦੂਸਰੀ ਤੀਸਰੀ ਗੱਲ ਨਾ ਨਿਕਲੇ। ਕੱਲ੍ਹ ਵਾਲੀ ਜਾਂ ਅੱਗੇ ਜਿੰਨੀਆਂ ਵੀ ਲੱਗੀਆਂ, ਵਾਹਿਦ ਤੁਹਾਡਾ ਦੇਸ਼ ਪੰਜਾਬ TV ਚੈਨਲ ਹੈ ਕਿ ਜਿਹੜਾ ਮਾਲਕਾਂ ਦਾ ਜਾਨਵਰ ਔਨਲਾਈਨ ਵੀ ਲੈਂਦੇ ਨੇ, ਜਿਹੜੇ ਵੀਰ ਕਵਨ ਤੇ ਉਹਨਾਂ ਦਾ ਰੇਟ ਸ਼ੋਅ ਕਰੀਦਾ। ਸੁਧੀਰ ਬਾਈ ਕਈ ਵਾਰੀ ਮਾਲਕ ਨਹੀਂ ਉੱਪਰਾਂ ਦੇ ਰੇਟ ਸ਼ੋਅ ਕਰੀਦਾ। ਬਿਲਕੁਲ ਬਾਈ, ਤੁਹਾਨੂੰ ਪਤਾ ਹੁੰਦਾ ਕਿ ਆਪਾਂ ਜਾਨਵਰ ਕਿੰਨੇ ਦਾ ਵੇਚਿਆ? ਸਾਨੂੰ ਪਹਿਲੇ ਨੇ ਪਹਿਲਾਂ ਤੁਸੀਂ ਦੱਸਦੇ ਜੋ ਸੇਲ ਹੁੰਦਾ ਉਹ ਦੱਸਦੇ ਦੱਸਨੇ ਆ ਉਹ ਦੱਸਦੇ ਹਟਾ ਕੇ ਦੁਬਾਰਾ ਜਦੋਂ ਵੀਡੀਓ ਬਣਾਉਣੇ ਚੜ੍ਹਦੀ ਦੀ ਵੀਰਾਂ ਜਦੋਂ ਲਾਈ ਦੀ ਨਾ ਵੀਡੀਓ, ਅੱਜ ਵੀਡੀਓ ਕਿੰਨਾ ਜਾਨਵਰਾਂ ਦੀ, ਕਈਆਂ ਦੀ ਆਪਣੀ ਵਾਸ ਸਬਸਕ੍ਰਾਈਬਰ ਦੀ ਵੀਡੀਓ ਆਪਾਂ ਬਣਾ ਨਹੀਂ ਸਕਦੇ ਮਸਰੂਫੀਅਤ ਦੀ ਵਜ੍ਹਾ ਤੋਂ। ਅੱਜ ਤਾਂ ਜਾਨਵਰ ਹੀ ਮਾਸ਼ਾਅੱਲਾ ਬਹੁਤ ਲਦਾਏ ਲਦਾਏ ਨੇ, ਅੱਲਾ ਤੇਰਾ ਭਲਾ ਕਰੇ। ਇਹ ਤਾਂ ਤੇਰੇ ਸਾਹਮਣੇ ਲਦਾਏ ਨੇ, ਤੇਰੇ ਪਿੰਡ 'ਚ 4-5 ਜਾਨਵਰ ਲਦਾਏ। ਬਿਲਕੁਲ ਭਾਈ ਜਾਨ ਲਦਾਏ। ਔਰ ਮਾਸ਼ਾਅੱਲਾ ਮੇਰੇ ਵੀਰਾਂ ਦੇ ਸਾਹਮਣੇ ਵਾਸ ਸਬਸਕ੍ਰਾਈਬਰ ਵੀਡੀਓ ਦਾ ਲਾਉਣ ਦਾ ਟਾਈਮ ਨਹੀਂ ਲੱਭਦਾ, ਔਰ ਉਹਦੇ ਦਵਾਈ ਤੋਂ ਨਹੀਂ ਲਾਈ ਦੀ ਮੇਰੇ ਵੀਰਾਂ ਨੂੰ ਪਤਾ ਹੈ। ਜਵੇਦ ਭਾਈ ਮਾਸ਼ਾਅੱਲਾ ਤੁਹਾਡਾ ਕੰਮ ਹੀ ਇੰਨਾ ਸੁੱਚਾ ਤੁਸੀਂ ਕਰਦੇ ਤੇ ਉਹ ਵੀਡੀਓ ਦਾ ਤਾਂ ਲਾਓ ਨਾ ਵੀ ਆਦੀ ਮਸ਼ਹੂਰੀ ਕਰਨ ਦੀ, ਮਸ਼ਹੂਰੀ ਕਰੀਏ। ਵੈਸੇ ਹੀ ਮਾਸ਼ਾਅੱਲਾ ਬੜੇ ਮਸ਼ਹੂਰ ਉਹ ਸਿਆਣੇ ਕਹਿੰਦੇ ਨੇ ਕਿ ਜਿਹੜਾ ਨਵਾਂ ਰੱਜਿਆ ਹੁੰਦਾ ਹੈ ਨਾ ਉਹ ਆਦੇ ਟੂਲ ਪੂਲ ਬੜੇ ਵਿਖਾਉਂਦਾ ਹੈ, ਤੇ ਜਿਹੜਾ ਰੱਜਿਆ ਹੁੰਦਾ ਮੰਨ ਆਇਆ ਹੁੰਦਾ ਉਹਨੂੰ ਵਿਖਾਉਣ ਦੀ ਲੋੜ ਨਹੀਂ ਹੁੰਦੀ। ਬਿਲਕੁਲ ਹੈ, ਬਿਲਕੁਲ ਜੀ, ਕਿ ਜਦੋਂ ਥੋੜੀ ਜਿਹੀ ਕਣਾ ਜਾਂਦਾ ਉਹ ਫਿਰ ਬੰਦਾ ਕੀ ਦਾ ਕੀ ਬਣਨਾ ਸ਼ੁਰੂ ਹੋ ਜਾਂਦਾ। ਜਿਹੜਾ ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ ਸੱਚ ਤੇ ਕੰਮ ਕਰਦਾ ਉਹਨੂੰ ਵਿਖਾਉਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਉਹਦਾ ਸੱਚ ਮੂੰਹ ਬੋਲਦਾ ਹੁੰਦਾ ਅੱਲਾ ਦੇ ਹੁਕਮ ਨਾਲ। ਬਾਲਟੀ ਲਿਆ ਨਿੱਕਾ ਏ ਉਮਰ ਫਰੂਕ, ਬਾਲਟੀ ਲਿਆ ਪੁੱਤਰ ਉਮਰ ਫਰੂਕ। ਇਹ ਕਿੰਨੇ ਦਿਨਾਂ ਦੀ ਸੂਈ ਹੋਈ ਹੈ ਸਦੀਪ ਤੋਂ? ਹਾਲੇ ਕੱਚੀ ਸੂਈ ਹੋਈ ਬੈਡ ਮੇਰੇ ਵੀ। ਚੌਥਾ ਦਿਨ ਹੈ ਭਾਈ, ਚੌਥਾ ਦਿਨ ਬੋਲੇ ਦੇ ਵਿੱਚ ਹੈ, ਚੌਥਾ ਦਿਨ ਹੈ ਬੋਲੇ ਦੇ ਵਿੱਚ ਬੈਡ ਹੈ। ਕੱਦ ਕਾਟ ਗਾਂ ਦਾ ਬੜਾ, ਮਗਰ ਵੱਛਾ ਵੀ ਚੰਗਾ, ਨਸਲੋ ਵੀ ਚੰਗੀ, ਮੁੱਲ ਵੀ ਬੜਾ, ਪਿਆਰ ਤੇ ਮੁਹੱਬਤ ਤੇ ਚਾਹਤ ਵਾਲਾ ਹੋਣਾ ਮੇਰੇ ਵੀਰਾਂ ਵਾਸਤੇ। ਭਾਈ ਜਾਨ ਬਾਲਟੀ ਮੂੰਹ ਦੀ ਕਰਕੇ ਵਿਖਾ ਦੇ, ਮੇਰੀ ਜਿਗਰ ਦੇ ਟੁੱਟੇ। ਬਸ ਠੀਕ ਹੈ, ਠੀਕ ਹੋ ਗਿਆ, ਓਕੇ ਹੋ ਗਿਆ ਭਾਈ ਜਾਨ। ਅੱਲਾ ਦੇ ਫਜ਼ਲ ਤੇ ਕਰਮ ਦੇ ਨਾਲ ਦੁੱਧ ਵੀ ਸਫੈਦ ਹੈ ਮਾਸ਼ਾਅੱਲਾ। ਮੱਝਾਂ ਰੰਗੀ ਵੈੜ ਜਨਾਬ, ਸਖ਼ਤ ਜਾਣਦੀਆਂ ਮੇਰੇ ਵੀਰਾਂ ਨੂੰ ਪਤਾ, ਸਾਹੀਵਾਲ ਜਾਂ ਚੋਲਸਤਾਨੀ ਦੇ ਵਿੱਚ ਜਿਹੜੀਆਂ ਕਰਾਸ ਹੁੰਦੀਆਂ ਨੇ ਸਖ਼ਤ ਜਾਣਦੀਆਂ, ਤਗੜੀਆਂ ਗਾਵਾਂ ਹੁੰਦੀਆਂ ਨੇ, ਸਖ਼ਤ ਜਾਣਦੀ ਵੈੜ।
ਬੜਾ ਸਖਤ ਜਾਨ ਦਾ ਮਾਸ਼ਾਅੱਲਾ ਜਾਨਵਰ। ਮਾਸ਼ਾਅੱਲਾ ਜਿੱਥੇ ਵੈਰ ਨੇ ਪੈਰ ਰੱਖੇ ਨੇ ਉੱਥੇ ਕਦਮ ਨਹੀਂ ਪੁੱਟਿਆ ਮਾਸ਼ਾਅੱਲਾ ਵੱਛੀ ਨੇ। ਐਡਾ ਖਰਾ ਜਾਨਵਰ ਹੈ ਭਾਈ ਸਦੀਪ, ਜਿੰਨਾ ਬੱਚੇ ਛੱਡਣਾ ਨਾ ਰੋਜ਼ ਦਿਨਾ ਉਹਨਾਂ ਛੱਡਣਾ ਆਪਾਂ, ਬੱਚੇ ਦਾ ਜੀ ਮਾਰ ਨਹੀਂ ਕਰਨੀ ਅਤੇ ਅਜ਼ਾਨਾਂ ਹੋਣ ਵਾਲੀਆਂ, ਜਲਦੀ ਕਰ ਲੈ। ਉਹ ਬੇਫਿਕਰ ਹੋ ਜਾਂਦੇ ਤਿੰਨ ਅਜ਼ਾਨਾ ਹੋਣ ਲੱਗ ਪਏ ਸੁਣਾ ਮਾਸ਼ਾਅੱਲਾ, ਚਾਰ ਇਹ ਮੇਰੇ ਭਰਾ ਦੇਖ ਲੈਣ, ਪੰਜ ਇਹ ਜਨਾਬ ਵਾਲੀ, ਪੰਜ ਇਹ ਹੋ ਗਿਆ ਜਨਾਬ, ਛੇ ਮਾਸ਼ਾਅੱਲਾ ਛੇ
ਇਹ ਹੋ ਗਿਆ ਮਾਸ਼ਾਅੱਲਾ 7। ਇਹ ਜਨਾਬ ਲਈ 7.5 ਲੀਟਰ ਮੇਰੇ ਵੀਰ ਗਿਲ ਲੈਣ, ਥੋੜ੍ਹਾ ਜਿਹਾ ਘੱਟ ਹੈ ਕਰਕੇ। ਮੱਛੀ ਨਿੱਬੂ ਤਰ੍ਹਾਂ ਨਿਚੜ ਗਈ ਹੈ, ਨਹੀਂ ਮੇਰੇ ਵੀਰਾਂ ਦੇ ਸਾਹਮਣੇ, ਔਰ ਬੱਚੇ ਜੋਗਾ ਵੀ ਛੱਡਿਆ ਵੇਖ ਲੈਣ। ਹਵਾਨਾ ਇਸ ਤਰੀਕੇ ਹੋ ਗਿਆ ਜਿਵੇਂ ਵੈਰ ਜਨਾਬ ਲਈ ਮਹੀਨੇ ਦੀ ਸੂਈ ਹੁੰਦੀ ਹੈ, ਨਾਲ ਲਾ ਗਈ ਮਾਸ਼ਾਅੱਲਾ ਇਸ ਤਰੀਕੇ ਜਨਾਬ ਨਿੱਬੂ ਤਰ੍ਹਾਂ ਕਾਗਜ਼ੀ ਨਿੱਬੂ ਅੱਲਾ ਦੇਖੋ ਨਾਲ। ਇਹ ਜਾਨਵਰ ਮੇਰੇ ਵੀਰਾਂ ਨੇ ਪੂਰਾ ਤੱਕ ਲਿਆ, ਹਰ ਚੀਜ਼ ਵੇਖ ਲਈ ਹੈ, ਬਾਕੀ ਸਾਰੀਆਂ ਗੱਲਾਂ ਭਾਈ ਸਦੀਰ ਨਾਲ ਮੈਂ ਕਰਨਾ। ਕੈਮਰਾਮੈਨ ਸਾਹਿਬ ਆ ਪਕੜੋ ਅਤੇ ਬਾਕੀ ਸਾਰੀਆਂ ਗੱਲਾਂ ਸਦੀਰ ਭਾਈ ਨਾਲ ਕਰੀਏ। ਜਲਦੀ ਆ ਜਾ, ਅਜ਼ਾਨ ਹੋ ਜਾਣੀ। ਅਸਲਾਮੁਅਲੈਕੁਮ ਸਦੀਰ ਬਾਈ, ਕੀ ਹਾਲ ਚਾਲ? ਜੀ ਵਾਲੇਕੁਮ ਸਦੀਰ ਬਾਈ, ਠੀਕ ਠਾਕ ਹੋ? ਜੀ ਅਲਹਮਦੁਲਿਲਾ। ਸਦੀਰ ਬਾਈ, ਗੱਲ ਇਹ ਕਿ ਜਿਹੜੇ ਵੀਰਾਂ ਨੂੰ ਆਪਾਂ ਗਾਂ ਦਿੱਤੀ ਹੈ ਜੀ, ਬੋਲਾਂ ਦਾ ਆਪਾਂ ਚੋਇਆ ਸੀ ਕੱਲ ਵਾਲੀ ਦਾ 8 ਲੀਟਰ ਵੀਡੀਓ ਲੱਗਦੀ, ਬੜਿਆਂ ਭਰਾਵਾਂ ਨੇ ਮੰਗੀ, ਮੈਂ ਕਿਹਾ ਜੀ ਸੇਲ ਹੋ ਗਈ। ਬਿਲਕੁਲ ਬਾਈ, ਤੇ ਮੁਲਤਾਨੋ ਜਿਹੜੇ ਭਰਾ ਆਏ ਨੇ ਉਹਨਾਂ ਨੇ ਜਿਹੜਾ ਆਪਾਂ ਦੁੱਧ ਮਾਸ਼ਾਅੱਲਾ ਦੱਸਿਆ ਕਿ 10 ਲੀਟਰ ਟਾਈਮ ਦਾ ਜਦੋਂ ਮਰਜ਼ੀ ਚੋਣ ਜੀ, ਸੁਬਹਾ ਉਹਨਾਂ ਨੇ ਆ ਕੇ ਚੁਆਈ ਕੀਤੀ, ਉਹਨਾਂ ਨੇ ਪਹਿਲੀ ਉਹਨਾਂ ਨੂੰ ਪਤਾ ਲੱਗ ਗਿਆ ਤੂੰ ਲਿਜਾਣ ਲੱਗਾ, ਉਹਨਾਂ ਨੇ ਗੜਵੀਆਂ ਮਾਰ ਲਈਏ। ਜਦੋਂ ਆਪਾਂ ਕੱਲ ਸ਼ਾਮ ਨੂੰ ਚੁਆਈ ਕਰ ਲਈ ਮੈਂ, ਹਾਂਜੀ ਮੈਨੂੰ ਤੂੰ ਤਕਰੀਬਨ ਰਾਤ 10 ਵਜੇ ਫੋਨ ਕੀਤਾ ਕਿ ਯਾਰ ਗਾਂ ਦੀ ਗੱਲ, ਗਾਂ ਸੇਲ ਹੋ ਗਈ ਹੈ, ਕਿਸੇ ਨਾਲ ਗੱਲ ਨਾ ਕਰੀ, ਗੱਲ ਨਾ ਕਰੀ ਤੇ ਨਾਲੇ ਸੁਬਹਾ ਦੀ ਉਹਨਾਂ ਨੇ ਚੁਆਈ ਕਰਨੀ ਹੈ। ਉਹ ਸੁਬਹਾ ਪਹੁੰਚੇ ਨੇ ਆਪਣੇ ਕੋਲੇ, ਆਪਾਂ ਚੁਆਈ ਕੀਤੀ ਹੈ, ਹਾਂਜੀ ਬੱਚੇ ਨੂੰ ਰਜਾ ਕੇ ਉਹਨਾਂ ਦੇ ਸਾਹਮਣੇ ਉਹਨਾਂ ਨੇ ਆਪਦੇ ਹੱਥ ਨਾਲ ਚੁਆਈ ਕੀਤੀ ਹੈ, ਹਾਂਜੀ ਦੁਬਾਰਾ ਉਹਨਾਂ ਨੇ ਕਿਹਾ ਅਸੀਂ ਗੜਵੀਆਂ ਮਾਰਨੀਆਂ ਜੀ ਜੀ। ਆਪਾਂ 10 ਲੀਟਰ ਦੀ ਗਰੰਟੀ ਦਿੱਤੀ ਸੀ ਲੇਕਿਨ 5.5 ਲੀਟਰ ਦੁੱਧ ਹੁੰਦਾ ਸਾਨੂੰ ਮੌਜੂਦਾ ਨਿਕਲਿਆ ਤੀਸਰੇ ਟਾਈਮ ਦੇ, ਤੀਸਰੀ ਚੁਆਈ ਦਾ। ਬਿਲਕੁਲ ਆਇਆ ਸੀ ਸਦੀਰ ਬਾਈ, ਸਾਰੀਆਂ ਗੱਲਾਂ ਵੀਰਾਂ ਨੇ ਸੁਣ ਲਈਆਂ ਨੇ ਕੱਲ ਵਾਲੀਆਂ ਤਾਂ ਜੀ, ਪਰ ਅੱਜ ਵਾਲੀ ਗੱਲ ਜੇ ਆਪਾਂ ਗੱਲ ਕਰਨੀ ਹੈ, ਜਿਹੜੀ ਬਾਤ ਕਰਨੀ ਹੈ, ਜਿਹੜਾ ਮਾਸ਼ਾਅੱਲਾ ਗੱਲ 16 ਨੇ ਹਮੇਸ਼ਾ ਤਰ੍ਹਾਂ ਕਰਨੀ ਹੈ, ਇਹ ਵੈਰ ਥੱਲੇ ਪੱਕਾ ਦੁੱਧ ਕਿੰਨਾ ਹੈ ਇਹਦੇ ਕੋਲੇ? ਹਾਂ ਹੁਣ ਦੁੱਧ ਹੋਇਆ ਤਕਰੀਬਨ 8 ਲੀਟਰ, 8.5 ਗੇ, 7.5 ਲੀਟਰ, ਹਾਂਜੀ 7.5 ਵੀ ਨਹੀਂ ਤੂੰ 7 ਗੇ ਨਾ, 7 ਲੀਟਰ ਗੇਨ ਲਾ ਯਾਰ। ਅੱਛਾ ਮੁਕੰਮਲ ਦੁੱਧ ਆਪਾਂ ਕਿੰਨੀ ਗਾਂ ਕੋਲੇ ਆਪਣੀ ਜਿਹੜੀ ਜਾ ਕੇ ਗਾਂ ਕਿਲੋ ਵਧੇ ਘਟੇ ਨਾ, ਆਪਣੀ ਗਾਂ ਕੋਲੇ ਟਾਈਮ ਤੋਂ ਟਾਈਮ 2 ਟਾਈਮ ਦਾ 13 ਲੀਟਰ ਦੁੱਧ ਤੇ, ਲੇਕਿਨ ਆਪਾਂ 13 ਲੀਟਰ ਦੀ ਗਾਰੰਟੀ ਦੇ, ਆਪਾਂ 12 ਲੀਟਰ ਦੀ ਗਾਰੰਟੀ ਦੇ, ਬੱਚੇ ਨੂੰ ਛੱਡ ਕੇ 12 ਲੀਟਰ ਦੀ ਆਪਣੀ ਇਹ ਤੇਰੇ ਸਾਹਮਣੇ ਬਾਜ਼ੇ ਵੀਰਾਂ, ਬਾਜ਼ੇ ਹੋਵੇ ਨਾ ਪੇ ਥਾਣੂ ਹੈ ਪੂਰਾ ਫੁੱਲ ਛੱਡ। ਬਿਲਕੁਲ ਠੀਕ ਹੋ ਗਿਆ, ਬੱਚਾ ਵੀ ਰੱਜਾ ਖੜਾ, 12 ਲੀਟਰ ਦੀ ਗਾਰੰਟੀ ਆਪਣੇ ਕੋਲ, ਇਨਸ਼ਾਅੱਲਾ ਲੋਹੇ ਰੰਗੀ। ਬਿਲਕੁਲ ਹੋ ਗਿਆ, ਜਿਵੇਂ ਕੱਲ ਵਾਲੇ ਤੋਲਵਾ ਯਾਰ, ਜਿਵੇਂ ਕੱਲ ਵਾਲੇ ਭਾਈ ਆ ਕੇ ਚੁਆਈ ਕਰਕੇ ਲੈ ਗਏ ਨਾ ਯਾਰ, ਅਕਸਰ ਐਵੇਂ ਹੁੰਦਾ ਕਿ ਤੇ ਲਾਮਾ ਨਹੀਂ ਆਇਆ ਤੇਰੇ ਜਾਨਵਰ, ਮੇਰੇ ਜਾਨਵਰ ਦਾ ਇਨਸ਼ਾਅੱਲਾ ਤੂੰ ਮੈਨੂੰ ਇਹ ਦੱਸ ਪਿਆ ਨਾ ਤਿੰਨਾਂ ਜਾਨਵਰ ਨੇ ਕਿੰਨੀਆਂ ਵੇਚੀਆਂ? ਮਾਸ਼ਾਅੱਲਾ ਅੱਲਾ ਦਾ ਸ਼ੁਕਰ ਹੈ, ਕਲਿੱਪ ਤੇ ਵੇਚੀਆਂ ਨੇ ਜਿਹੜਾ ਵੀਰ ਆਪਣੇ ਤੋਂ ਲੈ ਗਿਆ ਕਲਿੱਪ ਤੇ, ਇਸ ਤੋਂ ਪਹਿਲਾਂ ਬੈੜ ਤੋਂ ਪਹਿਲਾਂ ਜਿਹੜੀਆਂ 4 ਗਾਵਾਂ ਵੇਚੀਆਂ ਨੇ ਤੂੰ ਚਾਰੇ ਦੀਆਂ ਚਾਰੇ ਕਲਿੱਪ ਤੇ ਵੇਚੀਆਂ ਨੇ। ਬਿਲਕੁਲ ਵੇਚੀਆਂ ਨੇ, ਤੂੰ ਮੈਨੂੰ ਇਹ ਗੱਲ ਕੀਤੀ ਭਾਈ ਆਪਾਂ ਵੀਡੀਓ ਲਾਜ਼ਮੀ ਲੈਣੀ ਆਪਣੀ ਕਲਿੱਪ ਤੇ ਜਾਣੀ ਜੀ, ਵੇਖ ਗਏ ਵੀ ਆਪਾਂ ਨੂੰ ਸ਼ੌਕ ਵੀ ਨਹੀਂ ਹੈਗਾ ਜੀ ਜੀ। ਮੇਰਾ ਭਰਾ ਇਹ ਗੱਲ ਦੱਸ ਕੇ ਇਹਦਾ ਪੱਕਾ ਜਿਹਾ ਮੁੱਲ ਕਰ ਦੇ, ਸੁਆ ਕਿਨਵੇਂ ਸੁਆ ਦੂਸਰਾ ਪੱਕਾ ਜਿਹਾ ਮੁੱਲ ਵੀਰਾਂ ਵਾਸਤੇ ਪਿਆਰ ਮੁਹੱਬਤ ਕਰਕੇ ਤੋਂ ਟਾਈਮ ਥੋੜਾ। ਬਿਲਕੁਲ 1,75,000 ਰੁਪਏ, 1,75,000, 1,75 ਦੇ ਵਿੱਚੋਂ ਕੋਈ ਵੀਰ ਪਿਆਰ ਮੁਹੱਬਤ ਕੇ ਚਾਹਤ ਕਰਾਵੇ ਵੀਰਾਂ ਦੇ ਸਾਹਮਣੇ ਕਰਕੇ, ਕੋਈ ਥੋੜੀ ਬਹੁਤੀ ਮੇਰੇ ਭਰਾ ਵਾਸਤੇ, ਉਹ ਵੀ ਐਸ ਮੇਰੇ ਭਰਾ ਵਾਸਤੇ ਥੋੜੀ ਬਹੁਤੀ ਹੋਵੇਗੀ ਮੁਹੱਬਤ, ਜਿੱਡੀ ਗਾਂ ਲੋਕ ਕਰਦੇ ਜਿਹੜੀਆਂ 1,90,000 ਮੁੱਲ। ਅੱਛਾ ਆਪਣਾ 1,75,000 ਚ ਪਿਆਰ ਮੁਹੱਬਤ ਚਾਹਤ ਨਾਲ ਥੋੜਾ ਬਹੁਤ ਹੋਏਗਾ। ਇਹ ਜਨਾਬ ਮੇਰੇ ਵੀਰ ਦੇ ਪੈਣੇ 1,75,000 ਰੁਪਏ ਸਦੀਰ ਬਾਈ ਨੇ ਰੇਟ ਕੀਤਾ ਹੈ, ਪਿਆਰ ਮੁਹੱਬਤ ਚਾਹਤ ਕਰਾ ਲਾਂਗੇ। ਗਾਂ ਦੀ ਹਾਈਟ ਬੜੀ ਮਗਰ ਬੱਚਾ ਸਾਫ ਸੁਥਰਾ ਜਾਨਵਰ, ਜਿੱਥੇ ਪੈਰ ਰੱਖੇ ਨੇ ਉੱਥੇ ਲਾਇਕ ਹੋਣੀ। ਕੋਈ ਮੇਰਾ ਵੀਰ ਖਰੀਦਣਾ ਚਾਹੁੰਦਾ ਸਾਡਾ ਰਾਬਤਾ ਨੰਬਰ ਲੈ ਸਕਦੇ ਹੋ 0300-410-4051 ਜੀ, ਇਹੀ ਦੋਸਤੋ ਵਟਸਐਪ ਨੰਬਰ ਹੈ ਔਰ ਇਹੀ ਰਾਬਤਾ ਨੰਬਰ ਹੈ। ਉਮੀਦ ਕਰਨਾ ਕਿ ਅੱਜ ਵਾਲੀ ਵੀਡੀਓ ਪਸੰਦ ਆਏਗੀ, ਲਾਈਕ ਵੀ ਕਰੋਗੇ, ਸ਼ੇਅਰ ਵੀ ਕਰੋਗੇ, ਕਮੈਂਟ ਵੀ ਬਹੁਤ ਜ਼ਿਆਦਾ ਛੱਡਦਾ ਪਿਆ ਬੱਚੇ ਨੂੰ, ਬੱਚਾ ਵਾਈ ਜਾਂਦਾ ਹੀ ਇਹਨੂੰ ਨਾ ਦੇ ਗੁੜ। ਅੱਛਾ ਚਲੋ ਠੀਕ ਹੈ, ਇਹ ਜਨਾਬ ਮੇਰੇ ਵੀਰਾਂ ਸਾਹਮਣੇ ਆ ਗਿਆ, ਅੱਜ ਦੀ ਵੀਡੀਓ ਨਾ ਦਿਓ ਇਜਾਜ਼ਤ, ਅੱਲਾ ਨਿਗਵਾਨ, ਪਾਕਿਸਤਾਨ ਜ਼ਿੰਦਾਬਾਦ।